ਕੇਸ ਯੂ ਆਰ ਬੋਰੀ ਹੋਰੀ ਬਾਬਾ ਮੈਨੂੰ ਤਾਂ ਗਾਉਣਾ ਪਿਆ ਫੋਟੋ ਦਿਖਾ ਰਹੇ ਸੀ ਬਾਈ ਦੀ ਬੱਬੂ ਮਾਨ ਬਾਈ ਦੀਆਂ ਸੁਣਾਈ ਇਹਨਾਂ ਨੇ ਨਾਰਾਜ਼ ਹੋ ਜਾਣਾ ਸੀ ਮੈਂ ਤਾਂ ਦੱਸ ਰਹੀ ਕਿ ਆਪਾਂ दोस्तों जिवें आपां जानदे हां कि कुलदीप मानक साहब दी याद विच हर साल भारी मेला करवाया जांदा इह मेला कुलदीप मानक साहब दे सपुत्तर जुद्धवीर मानक ते उन्हां दे बहुत ही प्यारे शगिर्द जैजी भी द्वारा करवाया जांदा ते इस मेले विच लगभग पंजाब दा हर एक नामी सिंगर पहुंचदा ते दोस्तो इस बार भी पंजाब दे वड्डे वड्डे सिंगर इस मेले ते पहुंचे ते दोस्तो जदों अफसाना खान नूं इस मेले ते बुलाया गया ਤਾਂ ਉਸਨੇ ਅਚਾਨਕ ਬੱਬੂ ਮਾਨ ਸਾਹਿਬ ਦਾ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ ਜਿਸ ਤੇ ਆਡੀਅੰਸ ਨੇ ਵੀ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹੂਟਿੰਗ ਕੀਤੀ ਤੇ ਨਾਲ ਦੀ ਨਾਲ ਅਫਸਾਨਾ ਖਾਨ ਨੇ ਜੈਜੀ ਬੀ ਨੂੰ ਕਹਿਤਾ ਕਿ ਆਡੀਅੰਸ ਦੀ ਡਿਮਾਂਡ ਆ ਮੈਂ ਤਾਂ ਇਹ ਗਾਣਾ ਗਾਇਆ ਜਿਸ ਤੇ ਜੈਜੀ ਬੀ ਨੇ ਕਿਹਾ ਕਿ ਮੈਨੂੰ ਇਸ ਨਾਲ ਕੀ ਜਿਵੇਂ ਆਪਾਂ ਜਾਣਦੇ ਹਾਂ ਕਿ ਕੁਝ ਸਮਾਂ ਪਹਿਲਾਂ ਜੈਜੀ ਬੀ ਤੇ ਬੱਬੂ ਮਾਨ ਦਾ ਆਪਸ ਵਿੱਚ ਵਿਵਾਦ ਹੋਇਆ ਸੀ ਕਿਉਂਕਿ ਬੱਬੂ ਮਾਨ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਕਿਹਾ ਸੀ ਕਿ ਕੁਲਦੀਪ ਮਾਨਕ ਸਾਹਿਬ ਨੇ ਵੀ ਕੁਝ ਅਜਿਹੀਆਂ ਕਲੀਆਂ ਗਾਈਆਂ ਜਿਨ੍ਹਾਂ ਨੂੰ ਅਸੀਂ ਬੈਠ ਕੇ ਪਰਿਵਾਰ ਵਿੱਚ ਨਹੀਂ ਸੁਣ ਸਕਦੇ ਤਾਂ ਮਾਨਕ ਸਾਹਿਬ ਦੇ ਕਈ ਕਲੀਆਂ ਤੁਸੀਂ ਸੁਣੇ ਨਹੀਂ ਸਕਦੇ ਜਿਸ ਤੋਂ ਬਾਅਦ ਜੈਜੀ ਬੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਬੱਬੂ ਮਾਨ ਸਾਹਿਬ ਦਾ ਵਿਰੋਧ ਕੀਤਾ ਸੀ ਤੇ ਦੋਸਤੋ ਆਪਾਂ ਉਹ ਮੇਲੇ ਦੀ ਵੀਡੀਓ ਦੇਖ ਲੈਣੇ ਜਿੱਥੇ ਅਫਸਾਨਾ ਖਾਨ ਗਾ ਰਹੀ ਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਹੋ ਚੰਨ ਜਾਨਣੀ ਰਾਤ ਮਹਿਰਮਾ ਮੈਨੂੰ ਪਤਾ ਕਿਉਂ ਗਾਣਾ ਪਿਆ ਭਾਜੀ 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 ਉਹ ਫੋਨ ਤੇ ਬੱਬੂ ਮਾਨ ਬਾਈ ਦੀਆਂ ਫੋਟੋਜ਼ ਦਿਖਾ ਰਹੇ ਨੇ ਤੇ ਜੇ ਨਾ ਗਾਇਆ ਇਹਨਾਂ ਨੇ ਨਾਰਾਜ਼ ਹੋ ਜਾਣਾ ਇਹ ਵਾਰੀ ਤਾੜੀ ਭਾਈ ਬੱਬੂ ਮਾਨ ਦੇ ਨਾਮ ਤੇ ਭੀਗੀ ਪਲਕੋਂ ਪਰ ਨਾਮ ਤੁਮਾਰਾ ਹੈ ਆਵਾਜ਼ ਹੋਣੀ ਚਾਹੀਦੀ ਹੈ ਜ਼ੋਰ ਦੀ ਆਵਾਜ਼ ਭੀਗੀ ਪਲਕੋਂ ਪਰ ਨਾਮ ਤੁਮਾਰਾ ਹੈ ਮੈਨੂੰ ਤਾਂ ਗਾਉਣਾ ਪਿਆ ਫੋਟੋ ਦਿਖਾ ਰਹੇ ਸੀ ਬਾਈ ਦੀ ਬੱਬੂ ਮਾਨ ਬਾਈ ਦੀਆਂ ਸੁਣਾਈ ਇਹਨਾਂ ਨੇ ਨਾਰਾਜ਼ ਹੋ ਜਾਣਾ ਸੀ ਮੈਂ ਤਾਂ ਦੱਸ ਰਹੀ ਕਿ ਆਪਾਂ ਗਾ ਰਹੇ ਹਾਂ ਸਾਰੇ ਜਾਣੇ ਤੇ ਤੁਸੀਂ ਵੀ ਸੁਣੋ ਮੈਂ ਕਿਹਾ ਸਾਰੇ ਧਿਆਨ ਨਾਲ ਹੋ ਵਿੱਚ ਬਭੇ ਕਸ਼ਤੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਜਿਸ ਵਿੱਚ ਅਫਸਾਨਾ ਖਾਨ ਨੇ ਬੱਬੂ ਮਾਨ ਸਾਹਿਬ ਦਾ ਗੀਤ ਗਾਇਆ ਤੇ ਨਾਲ ਦੀ ਨਾਲ ਉਹਨਾਂ ਦੀ ਸਟੇਜ ਤੇ ਜੈਜੀ ਬੀ ਨਾਲ ਵੀ ਥੋੜੀ ਬਹੁਤੀ ਨੋਕ ਝੋਕ ਹੋਈ ਤੇ ਦੋਸਤੋ ਕਿਹਾ ਜਾ ਰਿਹਾ ਕਿ ਅਫਸਾਨਾ ਖਾਨ ਨੇ ਜਿਸ ਤਰ੍ਹਾਂ ਬੱਬੂ ਮਾਨ ਸਾਹਿਬ ਦਾ ਗੀਤ ਗਾਇਆ ਇਸੇ ਕਾਰਨ ਜੈਜੀ ਬੀ ਥੋੜਾ ਜਿਹਾ ਉਹਨਾਂ ਤੋਂ ਨਿਰਾਸ਼ ਵੀ ਹੋਏ ਗੁੱਸੇ ਵਿੱਚ ਵੀ ਹੋਏ ਤੇ ਇਹ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਆ ਦੋਸਤੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਤੁਹਾਨੂੰ ਲੱਗਦਾ ਕਿ ਵਾਕਈ ਜੈਜੀ ਬੀ ਨੂੰ ਗੁੱਸਾ ਆਇਆ ਜਾਂ ਉਸ ਦੇ ਗੁੱਸੇ ਦਾ ਕਾਰਨ ਇਹ ਸੀ ਕਿ ਜਿਸ ਤਰ੍ਹਾਂ ਅਫਸਾਨਾ ਖਾਨ ਨੇ ਉਸ ਨਾਲ ਗੱਲ ਕੀਤੀ ਸੋ ਤੁਸੀਂ ਆਪਣੀ ਰਾਇ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਜ਼ਰੂਰ ਦੇਣੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੁਸੀਂ ਬੱਬੂ ਮਾਨ ਸਾਹਿਬ ਦੇ ਫੈਨ ਆ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਬੱਬੂ ਮਾਨ ਜਿੰਦਾਬਾਦ ਕਮੈਂਟਾਂ ਵਿੱਚ ਜ਼ਰੂਰ ਲਿਖੋ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਹੋਰ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ